ਇੱਕ ਪਿੰਡ ਦਾ ਚੌਧਰੀ ਸੀ, ਉਹਨੂੰ ਨਾਲ ਦੇ ਪਿੰਡ ਚ ਨਾ ਕੋਈ ਨਿਆਸ ਲੰਗਰ ਖਾਣ ਦੀ ਦਾਵਤ ਮਿਲ ਗਈ। ਉਹਨੇ ਕਬੂਲ ਕਰ ਲਈ, ਤੁਰ ਗਿਆ ਉੱਥੇ, ਨਾਲ ਆਪਣਾ ਗਾਮਾ ਮਿਰਾਸੀ ਵੀ ਲੈ ਗਿਆ। ਉੱਥੇ ਗਿਆ ਤੇ ਉਹਨਾਂ ਨੇ ਕਿਹਾ ਵੀ ਜਨਾਬ ਇਹ ਵਰਤਾਰਾ ਵੀ ਤੁਸੀਂ ਕਰਨਾ। ਉਹਨੇ ਉਹ ਵੀ ਕਬੂਲ ਕਰ ਲਿਆ, ਦੇਗ ਤੇ ਬਹਿ ਗਿਆ ਵਰਤਾਉਣ ਲਈ, ਗਾਮਾ ਮਿਰਾਸੀ ਨਾਲ ਬਹਿ ਗਿਆ। ਹੁਣ ਜਾਂ ਦੇਗ ਦਾ ਢੱਕਣਾ ਖੁੱਲਿਆ ਤੇ ਗਾਮੇ ਨੂੰ ਉਹ ਛੋਟੇ ਗੋਸ਼ਤ ਦੀ ਤੇ ਉਹ ਦੇਸੀ ਘਿਓ ਦੀ ਤੇ ਥੋਮ ਪਿਆਜ਼ ਤੇ ਇਹਦੀ ਖੁਸ਼ਬੂ ਆਈ, ਉਹ ਉੱਠਿਆ ਤੇ ਆਟੋਮੈਟਿਕਲੀ ਲੈਣ ਚ ਲੱਗ ਗਿਆ। ਉਹਨੇ ਆਖਿਆ ਚੋਰੀ ਨੇ, ਗਾਮਿਆ ਤੂੰ ਮੇਰੇ ਜ਼ਿਹਨ ਚ ਪੁੱਤਰ ਹੈ ਤੇ ਰਾਜਾ। ਉਹ ਵਿਚਾਰਾ ਨਿਕਲ ਕੇ ਫਿਰ ਬਹਿ ਰਿਹਾ। ਉਹ ਦੇਗ ਸਰ ਜਿਹੜੀ ਇਹ ਮੁੱਕ ਗਈ, ਦੂਈ ਸ਼ੁਰੂ ਹੋਈ, ਗਾਮੇ ਦੀਆਂ ਹਸਰਤਾਂ ਵਧੀਆਂ, ਉਹ ਫਿਰ ਲੈਣੇ ਲੱਗ ਗਿਆ। ਚੋਰੀ ਆਖਿਆ ਪੁੱਤਰ ਤੈਨੂੰ ਆਖਿਆ ਤੂੰ ਮੇਰੇ ਜ਼ਿਹਨ ਚ, ਇੱਧਰ ਆ ਕੇ ਬਹਿ ਜਾ। ਉਹ ਬਹਿ ਗਿਆ। ਫਾਈਨਲੀ ਤ੍ਰੀ ਦੇਗ ਤੇ ਆਖਰੀ ਦੇਗ ਦਾ ਜਦੋਂ ਢੱਕਣ ਖੁੱਲਿਆ ਨਾ ਤੇ ਗਾਮਾ ਫਿਰ ਜਾ ਲੈਣੇ ਲੱਗਾ ਤੇ ਚੋਰੀ ਆਖਿਆ ਗਾਮਿਆ ਤੂੰ ਮੇਰੇ ਜ਼ਿਹਨ ਚ, ਇੱਧਰ ਆ ਜਾ। ਗਾਮੇ ਆ ਗਿਆ ਜਨਾਬ ਮੈਨੂੰ ਬੱਚਿਆਂ ਵਾਲਿਆ ਕਿੰਨੀ ਜ਼ਿਹਨ ਚੋਂ ਕੱਢ, ਦੇਗ ਵੀ ਮੁੱਕਦੀ ਪਈ ਏ ਤੇ ਮੈਨੂੰ ਜ਼ਿਹਨੋਂ ਕੱਢ ਖੁਦਾ ਦਾ ਵਾਸਤੇ। ਉਹ ਜਨਾਬੇ ਸਪੀਕਰ ਤ੍ਰੀਆ ਸਾਲ ਸ਼ੁਰੂ ਹੋ ਗਿਆ, ਆਖਰੀ ਦੇਗ ਜੇ ਅੱਲਾ ਦਾ ਵਾਸਤਾ ਜੇ ਆਪੋਜੀਸ਼ਨ ਨੂੰ ਜ਼ਿਹਨ ਚੋਂ ਕੱਢ ਦਿਓ, ਤੁਹਾਡੇ ਜ਼ਿਹਨ ਚ ਆਪੋਜੀਸ਼ਨ ਬਹਿ ਗਈ, ਇਹਨੂੰ ਜ਼ਿਹਨੋਂ ਕੱਢ ਦਿਓ। ਉਹ ਮਰ ਗਏ ਜੇ ਲੋਕੀ ਬਾਹਰ, ਉਹ ਕਿਸੇ ਕੋਲ ਧੀ ਵਿਆਹਣ ਲਈ ਕੋਈ ਸ਼ੈ ਕੋਈ ਨਹੀਂ, ਉਹ ਕਿਸੇ ਕੋਲ ਪੁੱਤਰ ਪ੍ਰਣਾਉਣ ਲਈ ਕੁਝ ਨਹੀਂ, ਕਿਸੇ ਕੋਲ ਪੁੱਤਰ ਪੜਾਉਣ ਲਈ ਕੁਝ ਨਹੀਂ, ਕਿਸੇ ਕੋਲ ਇਲਾਜ ਦਾ ਕੁਝ ਨਹੀਂ, ਉਹ ਤੁਸੀਂ ਸਾਨੂੰ ਜ਼ਿਹਨ ਚ ਰੱਖੀ ਜਾਂਦੇ ਹੋ। ਉਹ ਤੁਹਾਨੂੰ ਮੈਨੂੰ ਦੱਸੋ, ਸਾਨੂੰ ਕੋਈ ਇਤਰਾਜ਼ ਨਹੀਂ, ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਅਗਰ ਅੰਦਰ ਰੱਖ ਲਓ, ਰੱਖੀ ਰੱਖੋ, ਕਿੰਨੀ ਦੇਰ ਰੱਖ ਲਓਗੇ? ਉਹ ਬਾਹਰਲਿਆਂ ਨੂੰ ਰੋਟੀ ਤੇ ਦੇ ਦਿਓ, ਉਹ ਖਲੀਲ ਦੇ ਮਸਾਇਲ ਹੱਲ ਕਰ ਦਿਓ।